ਸਾਰਿਆਂ ਨੂੰ ਸੋ ਸਾਰਿਆਂ ਦਾ ਮੋਸਟ ਵੈਲਕਮ ਆ ਜੱਟੂ ਆਇਸ ਚੈਨਲ 'ਤੇ ਸੋਬਲੀ ਤੁਸੀਂ ਸਾਰੇ ਹੈ ਨਾ ਬਹੁਤ ਜ਼ਿਆਦਾ ਵਧੀਆ ਹੋਵੋਗੇ ਸੋ ਅੱਜ ਤੁਹਾਡੇ ਨਾਲ ਜਿੰਨੀਆਂ ਗ੍ਰੇਟ ਨਿਊਜ਼ ਆ ਐਕਸਪਲੇਨ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਕੈਨੇਡਾ ਤੋਂ ਆ ਸੋ ਕੈਨੇਡਾ ਨੇ ਬਹੁਤ ਵਧੀਆ ਸੋ ਗ੍ਰੇਟ ਨਿਊਜ਼ ਤੁਹਾਡੇ ਨਾਲ ਆਪਾਂ ਅੱਜ ਸ਼ੇਅਰ ਕਰ ਰਹੇ ਹਾਂ ਇਮੀਗ੍ਰੇਸ਼ਨ ਦੇ ਰਿਕਾਰਡਿੰਗ ਆ ਸੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੈਨੇਡਾ ਇੱਕ ਇਮੀਗ੍ਰਾਂਟ ਕੰਟਰੀ ਆ ਹੈ ਨਾ ਸੋ ਬਹੁਤ ਸਾਰੇ ਪੰਜਾਬੀ ਕੈਨੇਡਾ ਦੇ ਵਿੱਚ ਬੱਸ ਕੇ ਨੇ ਚਾਹੇ ਸਟੂਡੈਂਟਸ ਆਏ ਨੇ ਚਾਹੇ ਫੈਮਿਲੀ ਨਾਲ ਆਏ ਨੇ ਜਿੱਦਾਂ ਵੀ ਹੈ ਸੋ ਕੈਨੇਡਾ ਅੱਜ ਦੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਲਈ ਸਭ ਤੋਂ ਬੈਸਟ ਕੰਟਰੀ ਆ ਚਾਹੇ ਤੁਸੀਂ ਪੂਰੇ ਵਰਲਡ ਦੇ ਕੋਈ ਵੀ ਕੰਟਰੀ ਦੇਖ ਲਓ ਕੈਨੇਡਾ ਜਿੰਨੀ ਇਮੀਗ੍ਰੇਸ਼ਨ ਦੀ ਡਿਮਾਂਡ ਕਿਤੇ ਨਹੀਂ ਹੈਗੀ ਸੋ ਹੁਣ ਜਿਹੜੀ ਇਹਦੀ ਨਿਊਜ਼ ਹੁਣ ਸਾਹਮਣੇ ਆਈ ਆ ਜਿਹੜੇ ਇਮੀਗ੍ਰੇਸ਼ਨ ਰਿਫਿਊਜੀਅਨ ਸਿਟੀਜ਼ਨਸ਼ਿਪ ਦੇ ਮੰਤਰੀ ਆ ਮਾਨਜ਼ੋਗ ਮਾਰਕੋ ਮੈਡੀਸਿਨ ਇਹਨਾਂ ਨੇ 2021 ਤੋਂ ਲੈ ਕੇ 2023 ਤੱਕ ਦੀ ਜਿਹੜੀ ਇਮੀਗ੍ਰੇਸ਼ਨ ਦੀ ਯੋਜਨਾ ਪੇਸ਼ ਕੀਤੀ ਆ ਸੋ ਮਤਲਬ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਜਿੱਦਾਂ ਹੁਣ ਤੁਸੀਂ ਜਿਹੜਾ ਇਹ ਕਹਿੰਦੇ ਵੀ ਸਾਡੀ ਜਿਹੜੀ ਕੈਨੇਡਾ ਦੀ ਜਿਹੜੀ ਇਕਨੋਮੀ ਆ ਜਿੱਦਾਂ ਕੋਵਿਡ ਨਾਲ ਹੁਣ ਅਫੈਕਟਡ ਹੋਈ ਹੈ ਕਹਿੰਦਾ ਵੀ ਦੁਬਾਰਾ ਇਹ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਗਰੋ ਕਰੂਗੀ ਸੋ ਇਹ ਕਹਿੰਦੇ ਵੀ ਸਭ ਤੋਂ ਇਮੀਗ੍ਰੇਸ਼ਨ ਸਭ ਤੋਂ ਬੈਸਟ ਜਿਹੜਾ ਸਾਡਾ ਤਰੀਕਾ ਜਿਹੜਾ ਇਕਨੋਮੀ ਨੂੰ ਜਿਹੜਾ ਬੂਸਟ ਕਰਨ ਦੇ ਲਈ ਸੋ ਪਹਿਲੀ ਚੀਜ਼ ਇਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਇਹਨਾਂ ਜਿਹੜਾ ਦੱਸਿਆ 2021 ਤੋਂ ਲੈ ਕੇ 2023 ਤੱਕ ਤਕਰੀਬਨ 12 ਲੱਖ ਪਲੱਸ ਜਿਹੜਾ ਬੰਦਾ ਬੁਲਾਇਆ ਜਾਊਗਾ ਸੋ ਮਤਲਬ PR ਕੀਤੇ ਜਾਣਗੇ ਜਿੱਦਾਂ ਐਕਸਪ੍ਰੈਸ ਐਂਟਰੀ PNP ਪ੍ਰੋਗਰਾਮਸ ਨੇ ਜਾਂ ਫਿਰ ਸਟੇਟ ਵਾਈਜ਼ ਜਾਂ ਮੈਨੀਟੋਬਾ ਹੋ ਗਿਆ ਜਾਂ ਸਸਕੈਚਵਨ ਆ ਜਾਂ ਕਿਊਬਿਕ ਆ ਸਾਰਿਆਂ ਦੇ ਆਪਣੇ ਆਪਣੇ PNP ਪ੍ਰੋਗਰਾਮਸ ਨੇ ਹੈ ਨਾ ਸੋ ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕੈਨੇਡਾ ਦੇ ਵਿੱਚ ਕੈਨੇਡਾ ਨੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਲਾਂਚ ਕੀਤੇ ਆ ਸੋ ਚਾਹੇ ਜਿੱਦਾਂ ਦੀ ਤੁਹਾਡੀ ਐਜੂਕੇਸ਼ਨ ਆ ਉੱਦਾਂ ਦੇ ਜਿਹੜੇ ਇਹਨਾਂ ਨੇ ਪ੍ਰੋਗਰਾਮਸ ਲਾਂਚ ਕੀਤੇ ਹੋਏ ਨੇ ਚਾਹੇ ਤੁਸੀਂ ਡਰਾਈਵਰ ਹੋ ਚਾਹੇ ਤੁਸੀਂ ਵਿਜ਼ਟਰ ਵੀਜ਼ਾ ਆਏ ਚਾਹੇ ਤੁਸੀਂ ਨੈਨੀ ਹੋ ਸੋ ਕਿਸੇ ਵੀ ਤਰ੍ਹਾਂ ਦਾ ਸੋ ਸਾਰੇ ਪ੍ਰੋਗਰਾਮ ਨੇ ਚਾਹੇ ਤੁਸੀਂ ਫਾਰਮਰ ਹੋ ਸੋ ਇਹਨਾਂ ਦੀ ਵੈਬਸਾਈਟ 'ਤੇ ਜਾਇਆ ਕਰੋ CIC.CA ਦੇ ਉੱਤੇ ਸੋ ਇਹਦੇ ਪਰ ਤੁਹਾਨੂੰ ਸਾਰੀਆਂ ਜਿਹੜੀਆਂ ਇਹਨਾਂ ਦੀ ਐਕਸਪਲੇਨ ਮਿਲ ਜਾਣੀ ਆ ਹੁਣ ਇਹਦੇ ਵਿੱਚ ਇਹ ਚੀਜ਼ ਇਹਨਾਂ ਨੇ ਦੱਸੀ ਆ ਵੀ ਜਿਹੜਾ 2021 ਦੇ ਵਿੱਚ ਅਸੀਂ 4,01,000 ਬੰਦਾ ਸੀ 2022 ਦੇ ਵਿੱਚ 4,11,000 ਮਤਲਬ 21 ਦੇ ਵਿੱਚ ਨਾਲੋਂ 22 'ਚ ਹੋਰ ਵੱਧ ਸੋ 23 ਦੇ ਵਿੱਚ 4,21,000 ਸੋ ਇਹ ਜਿਹੜੀ ਚੀਜ਼ ਇਹਨਾਂ ਨੇ ਦੱਸੀ ਆ ਵੀ ਲਗਾਤਾਰ ਅਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਦੀ ਯੋਜਨਾ ਉਹ ਵਧਾ ਰਹੇ ਹਾਂ ਮਤਲਬ ਜਿੱਦਾਂ ਹੁਣ ਕੈਨੇਡਾ ਇਹ ਤੋਂ ਬਿਨਾਂ ਜਿਹੜਾ ਕੁਝ ਜਿੱਦਾਂ ਪੋਲੀਟੀਕਲ ਅਸਾਲਮ ਵਾਲੇ ਬੰਦੇ ਹੁੰਦੇ ਨੇ ਜਾਂ ਫਿਰ ਉਹਨਾਂ ਸਾਰਿਆਂ ਲਈ ਵੀ ਇਹਨਾਂ ਨੇ ਦੱਸਿਆ ਵੀ ਅਸੀਂ ਇਹਨਾਂ ਨੇ ਡਾਟੇ ਮਤਲਬ ਵਧਾਤੇ ਆ ਤੁਸੀਂ ਦੇਖੋ ਵੀ ਹੁਣ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਆ ਉਹ ਸਾਫ਼ ਕਹਿ ਰਹੇ ਆ ਸੋ ਇੱਧਰ ਇੱਕ USA ਵੱਲ ਆਈਏ ਜਾਂ ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਤੁਸੀਂ ਆਸਟ੍ਰੇਲੀਆ ਵੱਲ ਆ ਜਾਓ ਨਿਊਜ਼ੀਲੈਂਡ ਵੱਲ ਵੱਲੋ ਹੁਣ ਇੰਗਲੈਂਡ ਨੇ ਵੀ ਜਿਹੜਾ ਸਟਾਰਟ ਕੀਤਾ ਹੈ ਨਾ ਸਟੂਡੈਂਟ ਵੀਜ਼ਾ ਕਾਫੀ ਅਤੇ ਉਹ ਤੋਂ ਬਿਨਾਂ ਜਿਹੜਾ ਇਟਲੀ ਹੈ ਇਟਲੀ ਨੇ ਪੇਪਰ ਖੋਲ੍ਹੇ ਨੇ ਸੋ ਜਿਹੜੀਆਂ ਕੰਟਰੀਆਂ ਤਾਂ ਆਪ ਇਮੀਗ੍ਰੇਸ਼ਨ ਮੰਗਦੀਆਂ ਉਹ ਤਾਂ ਸਹੀ ਆ ਹੁਣ ਜਿੱਦਾਂ USA ਆ ਇੱਥੇ ਇਮੀਗ੍ਰੇਸ਼ਨ ਦੇ ਹੈ ਨਾ ਜਿਹੜੇ ਟਰੰਪ ਪ੍ਰਸ਼ਾਸਨ ਆ ਜਾਂ ਟਰੰਪ ਦੀ ਜਿਹੜੀ ਗੌਰਮੈਂਟ ਆ ਇਹ ਨਹੀਂ ਲਾਈਕ ਕਰਦੇ ਹੈਗੇ ਇਮੀਗ੍ਰੇਸ਼ਨ ਇਹ ਕਹਿੰਦੇ ਆ ਵੀ ਤੁਹਾਡੇ ਜਿਹੜੀਆਂ ਜੋਬਸ ਖੋਲ੍ਹਣੀ ਇਹਨਾਂ ਨੇ ਆ ਕੇ ਹਰੇਕ ਜਿੰਨੇ ਵੀ ਇਮੀਗ੍ਰੇਸ਼ਨ ਦੇ ਪ੍ਰੋਗਰਾਮਸ ਨੇ ਚਾਹੇ ਉਹ H1B ਆ ਸਾਰਿਆਂ ਦੇ ਰੂਲਸ ਹੈ ਨਾ ਡਿਫਰੈਂਟ ਡਿਫਰੈਂਟ ਚਾਹੇ ਤੁਸੀਂ ਅਸਾਲਮ 'ਤੇ ਲਾ ਲਓ ਚਾਹੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਲਾ ਲਓ ਮਤਲਬ ਦੋਨੇ ਕੰਟਰੀਆਂ ਦੀਆਂ ਆਪਣੀਆਂ ਨੀਤੀਆਂ ਨੇ ਕਿ ਇੱਕ ਕੰਟਰੀ ਕਹਿ ਰਹੀ ਆ ਵੀ ਮੇਰੀ ਜਿਹੜੀ ਇਕਨੋਮੀ ਬੂਸਟ ਹੋ ਰਹੀ ਆ ਸੋ ਇੱਕ ਕੰਟਰੀ ਕਹਿ ਰਹੀ ਆ ਵੀ ਜਿਹੜੇ ਆ ਕੇ ਲੋਕ ਇੱਥੇ ਦੀਆਂ ਜੋਬਾਂ ਜਿਹੜੇ ਤੁਹਾਡੀਆਂ ਜੋਬਾਂ ਖੋ ਰਹੇ ਨੇ ਸੋ ਇਹ ਹੁਣ ਡਿਪੈਂਡ ਹੁੰਦਾ ਵੀ ਕਿੱਦਾਂ ਦੀ ਗੌਰਮੈਂਟ ਆਉਂਦੀ ਕੱਲ੍ਹ ਨੂੰ ਕੈਨੇਡਾ ਦੇ ਵਿੱਚ ਕੋਈ ਅੱਜ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ ਆ ਇਹ ਲਗਾਤਾਰ ਇਮੀਗ੍ਰੇਸ਼ਨ ਦੀ ਡਿਮਾਂਡ ਕਰ ਰਹੇ ਹੈ ਨਾ ਸੋ ਮੇ ਵੀ ਕੱਲ੍ਹ ਨੂੰ ਇੱਥੇ ਗੌਰਮੈਂਟ ਚੇਂਜ ਹੋ ਜਾਂਦੀ ਹੈ ਤਾਂ ਇਮੀਗ੍ਰੇਸ਼ਨ ਇੱਥੇ ਵੀ ਟਾਈਟ ਹੋ ਸਕਦੀ ਹੈ ਜਾਂ ਕਿੱਦਾਂ ਦੀ ਗੌਰਮੈਂਟ ਆਉਂਦੀ ਆ ਉਹਦੇ ਇਮੀਗ੍ਰੇਸ਼ਨ ਦੀ ਕੀ ਕੀ ਉਹਨਾਂ ਦੀ ਸੋਚ ਆ ਇਹ ਡਿਪੈਂਡ ਹੁੰਦਾ ਜੀ ਸੋ ਹੁਣ ਇੱਥੇ ਇੰਨਾ ਦੇਖ ਕੇ ਨਾ ਹੈਰਾਨ ਹੋ ਜਾਓ ਵੀ ਇੰਨੇ ਜ਼ਿਆਦਾ ਲੋਕ ਸੱਦੇ ਜਾਣੇ ਆ ਇਹ ਇਹਦੇ ਲਈ ਤੁਸੀਂ ਪ੍ਰੋਪਰ ਆਪਣੇ ਜਿਹੜੇ ਡਾਕੂਮੈਂਟਸ ਤਿਆਰ ਕਰਾਓ ਜੇ ਤੁਸੀਂ ਵਿਜ਼ਟਰ ਵੀਜ਼ੇ 'ਤੇ ਜਾਣਾ ਜਾਂ ਟੂਰਿਸਟ ਵੀਜ਼ੇ 'ਤੇ ਸੋ ਉਹਦੇ ਲਈ ਉਹੀ 2-4 ਡਾਕੂਮੈਂਟ ਮੇਨ ਹੁੰਦੇ ਆ ਜਿਹੜੀਆਂ ਦੇਖਦੇ ਨੇ ਇਹ ਇਨਕਮ ਟੈਕਸ ਰਿਟਰਨਾਂ ਹੁੰਦੀਆਂ ਨੇ ਜ਼ਿਆਦਾ ਤੋਂ ਜ਼ਿਆਦਾ ਜਾਂ ਤੁਹਾਡਾ ਬੈਂਕ ਬੈਲੈਂਸ ਹੁੰਦਾ ਜਾਂ ਤੁਹਾਡਾ ਕੰਮਕਾਰੀ ਆ ਬਿਜ਼ਨਸ ਕੀ ਆ ਕਿੰਨੀ ਤੁਹਾਨੂੰ ਮੰਥਲੀ ਤੁਹਾਡੇ ਅਕਾਊਂਟ ਦੇ ਵਿੱਚ ਜਿਹੜੇ ਮਨੀ ਆ ਰਿਹਾ ਜਾਂ ਡੋਲਰਸ ਆ ਰਹੇ ਆ ਜਾਂ ਪੈਸੇ ਆ ਰਹੇ ਆ ਸੋ ਉਹਦੇ ਵਿੱਚੋਂ ਕਿੰਨੇ ਤੁਸੀਂ ਐਕਸਪੈਂਸਿਵ ਕਰਦੇ ਹੋ ਤੁਸੀਂ ਕਿੱਦਾਂ ਸ਼ੋਅ ਕਰਦੇ ਹੋ ਸੋ ਉਹ ਚੀਜ਼ਾਂ ਇਹ ਜ਼ਿਆਦਾ ਦੇਖਦੇ ਨੇ ਜਿਹੜੀ ਟਰੈਵਲ ਹਿਸਟਰੀ ਹੁੰਦੀ ਆ ਇਹ ਵੀ ਕੋਈ ਐਡੀ ਜ਼ਿਆਦਾ ਮੈਟਰ ਨਹੀਂ ਹੁੰਦੀ ਜਿੰਨੀ ਡਿਪੈਂਡ ਕਰਦਾ ਤੁਹਾਡੀ ਏਜ਼ ਕਿੰਨੀ ਆ ਤੁਹਾਡੀ ਤੁਹਾਡਾ ਸਟੇਟਸ ਕੀ ਹੈ ਮੈਰਿਡ ਹੋ ਅਨਮੈਰਿਡ ਹੋ ਜਾਂ ਫਿਰ ਤੁਹਾਡੀ ਤੁਸੀਂ ਕਿੰਨੇ ਜਿਹੜਾ ਪੈਸੇ ਕਮਾ ਰਹੇ ਹੋ ਤੁਸੀਂ ਆਪਣੀ ਕੰਟਰੀ ਸੈਟਿਸਫਾਈਡ ਹੋ ਜੇ ਤੁਸੀਂ ਆਪਣੀ ਕੰਟਰੀ ਦੇ ਵਿੱਚ 1,00,000 ਰੁਪਈਆ ਕਮਾ ਰਹੇ ਹੋ ਤਾਂ ਦੈਨ ਉਹਨਾਂ ਨੂੰ ਹੋਣਾ ਵੀ ਇਹ ਬੰਦਾ ਵਧੀਆ ਨਾ ਵਧੀਆ ਜੋਬ 'ਤੇ ਆ ਸੋ ਉਹ ਚੀਜ਼ਾਂ ਉਹ ਦੇਖਦੇ ਹੁੰਦੇ ਨੇ ਅਤੇ ਇਹ ਤੁਸੀਂ ਆਪਣੀ ਫਾਈਲ ਸਟਰੋਂਗ ਕਰਨੀ ਹੁੰਦੀ ਆ
ਜਿਹੜੇ ਤੁਹਾਡੇ ਏਜੰਟਸ ਵੀ ਹੈ ਨਾ ਲਾਉਂਦੇ ਨੇ ਉਹ ਸਾਰੇ ਇੱਦਾਂ ਫੇਕ ਡਾਕੂਮੈਂਟਸ ਲਾਉਂਦੇ ਆ ਉਹਦੇ ਪਰ ਬਹੁਤ ਵਾਰ ਬੈਨ ਵੀ ਲੱਗ ਜਾਂਦਾ ਵਾ ਜੇ ਤੁਸੀਂ ਕਿਸੇ ਏਜੰਟ ਦੇ ਥਰੂ ਲੱਗਦੇ ਤੁਸੀਂ ਦੇਖਿਆ ਨਾ ਤੁਹਾਨੂੰ ਬੈਨ ਦੱਸਦੇ ਨਹੀਂ ਹੈਗੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਮੇਰਾ ਤਾਂ ਬੈਨ ਲੱਗਿਆ ਹੋਇਆ ਕਿਉਂਕਿ ਉਹਨਾਂ ਨੇ ਫੇਕ ਡਾ ਅੱਜ ਕੱਲ੍ਹ ਜਿਹੜਾ ਇੰਟਰਨੈਟ ਆ ਯਾਰ ਇੰਟਰਨੈਟ ਕਰਕੇ ਤੁਸੀਂ ਕੋਈ ਵੀ ਚੀਜ਼ ਕਿਤੋਂ ਵੀ ਚੈੱਕ ਕਰ ਸਕਦੇ ਹੋ ਮੰਨ ਲਓ ਤੁਸੀਂ ਕੋਈ ਡਾਕੂਮੈਂਟ ਅੱਜ ਸਬਮਿਟ ਕਰ ਦਿਓ ਮੈਂ ਮੰਨਦਾ ਵੀ ਚਲੋ 100 'ਚੋਂ 1 ਅੱਧਾ ਕੇਸ ਚੱਲ ਜੂਗਾ ਇੱਦਾਂ ਠੀਕ ਹੈ ਬਟ ਜਿਹੜਾ ਤੁਹਾਡੇ ਡਾਕੂਮੈਂਟਸ ਆ ਉਹ ਔਨਲਾਈਨ ਚੈੱਕ ਹੋ ਜਾਂਦੇ ਤੁਸੀਂ ਕੋਈ ਵੀ ਚੀਜ਼ ਆ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਤੋਂ ਚੈੱਕ ਹੋ ਜਾਂਦਾ ਸਾਰਾ ਕੁਝ ਚੈੱਕ ਹੋ ਜਾਂਦਾ ਸੋ ਇਹ ਫੇਕ ਵਾਲਾ ਕੰਮ ਕਦੇ ਵੀ ਭੁੱਲ ਕੇ ਨਾ ਕਰਿਓ ਕਿਉਂਕਿ ਹੁਣ ਉਹ ਪਹਿਲਾਂ ਵਾਲਾ ਟਾਈਮ ਜਿਹੜਾ ਨਹੀਂ ਰਿਹਾ ਹੈਗਾ ਚਾਹੇ ਤੁਸੀਂ ਕਿਸੇ ਵੀ ਕੰਟਰੀ ਵੱਲ ਅਪਲਾਈ ਕਰੋਗੇ ਸੋ ਨੈਕਸਟ ਜਿਹੜੀ ਆਪਾਂ ਹੁਣ ਅਗਲੀਆਂ ਜਿਹੜੀਆਂ USA ਦੀਆਂ ਨਿਊਜ਼ ਤੁਹਾਡੇ ਨਾਲ ਥੋੜ੍ਹੀ ਜਿਹੀ ਸ਼ੇਅਰ ਕਰ ਦਿੰਦਾ ਸੋ ਇੱਕ US 99,000 ਪਲੱਸ ਜਿਹੜੀਆਂ ਇਹ ਕੋਵਿਡ ਦੇ ਕੇਸਿਸ ਜਿਹੜੇ ਫਰਾਈਡੇ ਨੂੰ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅਨੁਸਾਰ ਕਹਿੰਦੇ ਵੀ ਜਿਹੜੇ ਹੋਏ ਨੇ ਸੋ 99,321 ਸੋ ਕਾਫੀ ਜ਼ਿਆਦਾ ਇਹ ਕਾਫੀ ਟਾਈਮ ਬਾਅਦ ਦੁਬਾਰਾ ਇਹਨਾਂ ਨੇ ਇੰਨਾ ਡਾਟਾ ਜਿਹੜਾ ਸ਼ੋਅ ਕੀਤਾ ਸੋ ਕਹਿੰਦੇ 1,000 ਪਲੱਸ ਜਿਹੜੀ ਡੈਥ ਹੋਈ ਆ ਸੋ ਜੇਕਰ ਇਹ ਦੁਬਾਰਾ ਇੱਦਾਂ ਵੇਵ ਉੱਠਦੀ ਆ ਕੋਵਿਡ ਦੀ ਦੁਬਾਰਾ ਜਿਹੜਾ ਇਹ ਵੇਵ ਉੱਠਦੀ ਆ ਸੋ ਤਾਂ ਦੁਬਾਰਾ ਜਿਹੜੇ ਤੁਹਾਡੇ ਕੰਮ ਕਾਰ ਇਹਦੇ ਨਾਲ ਕੀ ਪਤਾ ਫਿਊਚਰ ਦੇ ਵਿੱਚ ਇਫੈਕਟਡ ਹੋਣ ਸੋ ਦੁਬਾਰਾ ਜੇਕਰ ਇੰਨੇ ਕੇਸਿਸ ਆਉਣ ਲੱਗ ਗਏ ਤਾਂ ਕੰਟਰੀ ਬੰਦ ਹੋਣ ਦੇ ਚਾਂਸਿਸ ਹੋ ਜਾਂਦੇ ਜਿੱਦਾਂ ਤੁਸੀਂ ਯੂਰਪ 'ਚ ਸੁਣਿਆ ਹੋਣਾ ਵੀ ਕੁਝ ਕੰਟਰੀਆਂ ਜਿਹੜਾ ਟਰਾਈ ਕਰ ਰਹੀਆਂ ਨੇ ਹੈ ਨਾ ਆਪਣਾ ਲੋਕਡਾਊਨ ਦੇ ਲਈ ਕੁਝ ਬਿਜ਼ਨਸ ਕਲੋਜ਼ ਕਰਨ ਦੇ ਲਈ ਸੋ ਇਹ ਜਿਹੜੀ ਵੇਵ ਤੋਂ ਕੰਟਰੋਲ ਕਰਨੀ ਹੀ ਬੈਟਰ ਆ ਕਿਉਂਕਿ ਹੁਣ ਜਿਹੜਾ ਇੱਕ ਤਾਂ ਵਿੰਟਰ ਦਾ ਸੀਜ਼ਨ ਸਟਾਰਟ ਹੋ ਜਾਵੇਗਾ ਨੋਰਮਲ ਫਲਿਊ ਲੈਂਦਾ ਲੋਕਾਂ ਨੂੰ ਸੋ ਇਹ ਚੀਜ਼ ਵੀ ਕਿਤੇ ਨਾ ਕਿਤੇ ਹੁਣ ਇਫੈਕਟਡ ਹੋ ਰਹੀ ਆ ਸੋ ਬਾਕੀ ਅਗਲੀ ਜਿਹੜੀ ਗੱਲ ਕਰਦੇ ਹਾਂ ਆਪਾਂ ਹੁਣ ਜਿਹੜਾ ਨੈਸ਼ਨਲ ਗਾਰਡਸ ਨੇ ਕਹਿੰਦੇ ਵੀ ਵਿਵਾਦਪੂਰਨ ਜਿਹੜੇ ਇਲੈਕਸ਼ਨ ਦੇ ਕਰਕੇ ਵੀ ਲੋਕਾਂ ਦੇ ਵਿੱਚ ਕਈ ਵਾਰ ਵਿਵਾਦ ਇਹ ਜਿਹੜਾ ਇਲੈਕਸ਼ਨ ਆ ਇੱਕ ਡਿਫੀਕਲਟ ਆ ਮਤਲਬ ਡਿਫਰੈਂਟ ਹੀ ਆ ਇਲੈਕਸ਼ਨ ਆ ਸੋ ਇਹਦੇ ਲਈ ਜਿਹੜੇ ਨੈਸ਼ਨਲ ਗਾਰਡ ਇਹਨਾਂ ਨੇ ਰੈਡੀ ਕਰੇ ਹੋਏ ਨੇ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਕਿਤੇ ਵੀ ਕੋਈ ਖਰਾਬੀ ਹੁੰਦੀ ਆ ਤਾਂ ਉਹਨਾਂ ਲਈ ਨੈਸ਼ਨਲ ਗਾਰਡ ਇਹਨਾਂ ਨੇ ਪਹਿਲਾਂ ਹੀ ਰੈਡੀ ਕਰ ਲੈਣੇ ਇਹਨਾਂ ਨੂੰ ਪਤਾ ਕਿਉਂਕਿ ਥੋੜ੍ਹੇ ਵਿਵਾਦ ਨੇ ਇਹਦੇ ਵਿੱਚ ਜ਼ਿਆਦਾ ਮੈਲ ਇਨਵੈਲਡ ਜ਼ਿਆਦਾ ਕੀਤੀ ਜਾ ਰਹੀ ਆ ਸੋ ਇਹਨਾਂ ਨੇ ਪੂਰੀ ਤਿਆਰੀ ਕਰੀ ਹੈ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ 31, 1, 2, 3 ਸੋ ਤਕਰੀਬਨ 3 ਦਿਨ ਦਾ ਟਾਈਮ ਆ ਸੋ ਬਾਕੀ ਇਹ ਦੋਨੇ ਇਹ ਡਿਮਾਂਡ ਕਰ ਰਹੇ ਨੇ ਵੀ ਜਲਦੀ ਤੋਂ ਜਲਦੀ ਵੋਟਿੰਗ ਕਰੋ 3 ਨਵੰਬਰ ਦੀ ਵੇਟ ਨਾ ਕਰੋ ਜੇ ਤੁਹਾਡੇ ਕੋਲ ਅੱਜ ਟਾਈਮ ਹੈਗਾ ਤੁਸੀਂ ਅੱਜ ਹੀ ਵੋਟ ਕਰੋ ਸੋ ਜਲਦੀ ਤੋਂ ਜਲਦੀ ਅਰਲੀ ਵੋਟ ਕਰੋ ਤਾਂ ਕਿ ਜਿਹੜਾ ਇਹਨਾਂ ਦੇ ਰਿਜ਼ਲਟਸ ਜਲਦੀ ਆ ਸਕਣ ਕਾਊਂਟਿੰਗ ਜਲਦੀ ਹੋ ਸਕੇ ਅਤੇ ਤੁਹਾਨੂੰ ਜਿਹੜੇ ਰਿਜ਼ਲਟਸ ਆ ਉਹ ਬੈਸਟ ਰਿਜ਼ਲਟਸ ਆ ਅਤੇ ਕਲੀਅਰ ਰਿਜ਼ਲਟਸ ਆ ਮਿਲ ਸਕਣ ਸੋ ਨੈਕਸਟ ਜਿਹੜੀ ਨਿਊਜ਼ ਆਈ ਇੱਕ US ਮੈਕਸੀਕੋ ਬਾਰਡਰ 'ਤੇ ਇੱਕ ਕਾਫੀ ਜ਼ਿਆਦਾ ਹੈ ਨਾ ਨਿਊਜ਼ ਚੱਲੀ ਸੀ ਵੀ ਜਿਹੜੇ 545 ਬੱਚੇ ਆ ਉਹਨਾਂ ਦਾ ਕੋਈ ਪਤਾ ਨਹੀਂ ਵੀ ਉਹਨਾਂ ਦੇ ਪੇਰੈਂਟਸ ਕਿੱਥੇ ਨੇ ਉਹ ਰਿਪੋਰਟ ਕਰ ਦਿੱਤੇ ਗਏ ਉਹ ਕਿਹੜੀ ਕੰਟਰੀ ਦੇ ਸੀ ਕਿਉਂਕਿ ਬੱਚੇ ਬਹੁਤ ਜ਼ਿਆਦਾ ਛੋਟੇ ਸੀ ਉਹ ਦੱਸ ਨਹੀਂ ਸਕਦੇ ਵੀ ਸਾਡੇ ਪੇਰੈਂਟਸ ਕੌਣ ਸੀ ਅਸੀਂ ਕਿੱਥੋਂ ਆਏ ਹਾਂ ਸੋ ਇਹ ਜਿਹੜਾ ਟਰੰਪ ਸ਼ਾਸਨ ਨੇ ਇੱਕ ਨੀਤੀ ਲਿਆਉਂਦੀ ਸੀਗੀ ਇਹ ਜਦੋਂ ਪੇਰੈਂਟਸ ਨਾਲੋਂ ਬੱਚੇ ਅਲੱਗ ਕਰਦੇ ਸੀ 2017-18 ਦੀ ਗੱਲ ਆ ਉਹ ਤੋਂ ਬਾਅਦ ਇਹਨਾਂ ਨੇ ਕੇਸ ਕੀਤਾ ਸੀ ਕੇਸ ਕਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਇਹ ਵਾਪਸ ਇਹਨਾਂ ਨੂੰ ਆਪਣਾ ਜਿਹੜਾ ਕੋਰਟ ਨੇ ਇਹਨਾਂ ਨੂੰ ਬਲੌਕ ਕਰਤਾ ਸੀ ਵੀ ਇਹ ਚੀਜ਼ ਆ ਵਾਪਸ ਕਰੋ ਵੀ ਪੇਰੈਂਟਸ ਨੂੰ ਬੱਚੇ ਮਿਲਾਓ ਤਾਂ ਉਹ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਆ ਤਾਂ ਜਿਹੜੇ ਜੋ ਬਾਈਡਨ ਨੇ ਉਹਨਾਂ ਨੇ ਆਪਣਾ ਹੁਣ ਇੱਕ ਇਹਦੇ ਪਰ ਤੱਥ ਪੇਸ਼ ਕੀਤਾ ਕਹਿੰਦਾ ਵੀ ਮੈਂ ਜਿਹੜਾ ਐਗਜੀਕਿਊਟਿਵ ਆਰਡਰ ਸਾਈਨ ਕਰੂੰਗਾ ਬੱਚਿਆਂ ਦੇ ਲਈ ਸਪੈਸ਼ਲ ਟਾਸਕ ਫੋਰਸ ਦਾ ਜਿਹੜਾ ਇਹਨਾਂ ਨੂੰ ਇਹਨਾਂ ਦੀ ਕੇਅਰ ਕਰ ਸਕੇ ਮਤਲਬ ਜਿਹੜਾ ਇਹਨਾਂ ਦੇ ਲਈ ਸਪੈਸ਼ਲ ਸੋ ਤੁਸੀਂ ਵੀ ਜਿਹੜਾ ਇਹ ਚੀਜ਼ ਬਹੁਤ ਕਹਿੰਦਾ ਵੀ ਗਲਤ ਹੋਈ ਹੈ ਇੱਕ ਤਰ੍ਹਾਂ ਦਾ ਸੋ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਡਿਬੇਟ ਹੋਈ ਸੀਗੀ ਡਿਬੇਟ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਸੀ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਇਹਦੇ ਬਾਰੇ ਕੀ ਕਰ ਰਹੇ ਹੋ ਸੋ ਇਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਸੀ ਇਹਨਾਂ ਨੇ ਕਿਹਾ ਸੀ ਵੀ ਸਾਡਾ ਪ੍ਰਸ਼ਾਸਨ ਆ ਇਹਦੇ ਪਰ ਕੰਮ ਕਰ ਰਿਹਾ ਹੈਗਾ ਸੋ ਇਹ ਕਾਫੀ ਅੰਤਰਰਾਸ਼ਟਰੀ ਇੱਕ ਤਰ੍ਹਾਂ ਦਾ ਮੁੱਦਾ ਵੀ ਇਹ ਇੱਦਾਂ ਬੱਚਿਆਂ ਨੂੰ ਅਲੱਗ ਕਰ ਦੇਣਾ ਆਪਣੇ ਪੇਰੈਂਟਸ ਨਾਲੋਂ ਤੁਸੀਂ ਕਿਸੇ ਵੀ ਚਾਹੇ ਬੱਚੇ ਕੋਈ ਤੁਸੀਂ ਚਾਹੇ ਰਿਫਿਊਜੀ ਆਏ ਹੋਣ ਚਾਹੇ ਕਿਤੋਂ ਵੀ ਆਏ ਹੋਣ ਬੱਚੇ ਤਾਂ ਮਤਲਬ ਕਿਸੇ ਵੀ ਤਰ੍ਹਾਂ ਦੇ ਬੱਚੇ ਇੱਕ ਬਹੁਤ ਛੋਟੇ ਹੁੰਦੇ ਉਹਨਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਹੈਗੀ ਸੋ ਨੈਕਸਟ ਜਿਹੜੀ ਨਿਊਜ਼ ਆ ਉਹ ਗੱਲ ਕਰਦੇ ਹਾਂ ਪੋਲਸ ਦੇ ਉੱਤੇ ਸੋ ਜਿਹੜਾ ਫੋਕਸ ਨਿਊਜ਼ ਚੈਨਲ ਆ ਸੋ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਇਹ ਟਰੰਪ ਦੀ ਜਿਹੜੀ ਸਪੋਰਟ ਕਰਦਾ ਵਾ ਸੋ ਇਹਨਾਂ ਨੇ ਜਿਹੜੇ ਪੋਲਸ ਦਿੱਤੇ ਆ 52-44 52 ਜੋ ਬਾਈਡਨ ਅਤੇ 44 ਟਰੰਪ ਸੋ ਮਤਲਬ ਤਕਰੀਬਨ ਜੇ ਗੱਲ ਕਰੀਏ ਇੱਥੇ 8 ਪੁਆਇੰਟ ਦਾ ਡਿਫਰੈਂਸ ਆਉਂਦਾ ਸੋ ਇਹਦੇ ਨਾਲ ਜਿਹੜੇ CNN ਨੇ ਦਿੱਤੇ ਸੀ ਉਹਨਾਂ ਨੇ 54-42 ਮਤਲਬ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਟਾਈਮ ਹੈ ਜਿਹੜਾ 2-3 ਦਿਨ ਦਾ ਰਹਿ ਗਿਆ ਅਤੇ ਜਿਹੜੇ ਫੋਕਸ ਨਿਊਜ਼ ਦੇ ਨਵੇਂ ਇਹ ਪੋਲਸ ਆਏ ਨੇ 52-44 ਦਿਖਾ ਰਹੇ ਨੇ ਸੋ ਬਾਕੀ ਤੁਹਾਡੇ ਸਾਹਮਣੇ ਹੁਣ ਸਿਚੁਏਸ਼ਨ ਆ ਜਾਣੀ ਆ ਸੋ ਹੋ ਸਕਦਾ ਇਹ ਇਲੈਕਸ਼ਨ ਦਾ ਰਿਜ਼ਲਟ ਥੋੜ੍ਹਾ ਜਿਹਾ ਮਤਲਬ ਅਲੱਗ ਜਿਹਾ ਹੋਊਗਾ ਸੋ ਦੇਖਦੇ ਹਾਂ ਵੀ ਹੁਣ ਇਹਦਾ ਫਿਊਚਰ ਕੀ ਹੁੰਦਾ ਹੈਗਾ ਵਾ ਸੋ ਕਹਿੰਦੇ ਵੀ 80 ਮਿਲੀਅਨ ਪਲੱਸ ਲੋਕ ਜਿਹੜੇ ਪਹਿਲਾਂ ਹੀ ਹੁਣ ਤੱਕ ਜਿਹੜੇ ਵੋਟਿੰਗ ਆ
ਕਰ ਦਿੱਤੇ ਕਿ ਲੋਕਾਂ ਦੇ ਵਿੱਚ ਐਕਸਾਈਟਮੈਂਟ ਬਹੁਤ ਆ ਵੀ ਜਲਦੀ ਤੋਂ ਜਲਦੀ ਜਿਹੜੀ ਵੋਟਿੰਗ ਕੀਤੀ ਜਾ ਸਕੇ। ਸੋ ਇਹੀ ਸੀਗੀਆਂ ਅੱਜ ਦੀਆਂ ਗ੍ਰੇਟ ਨਿਊਜ਼। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰੇ।